ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਵਧੀਆ ਜੀ, ਵਧੀਆ। ਅਤੇ ਵੀਜ਼ਾ ਆਇਆ ਸਾਡਾ ਲਾਤਵੀਆ ਦਾ ਲੇਟੈਸਟ, ਅਤੇ ਇਹਨਾਂ ਨੂੰ ਹੈਂਡ ਓਵਰ ਕਰਦੇ ਹਾਂ। ਅਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਮਤਲਬ ਪਹਿਲੀ ਵਾਰੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਪਣੇ ਤੁਹਾਡੇ ਫਾਦਰ ਸਾਹਿਬ ਨਾਲ ਮੇਰੀ ਪਹਿਲੀ ਵਾਰੀ ਫੋਨ 'ਤੇ ਗੱਲ ਹੋਈ, ਫੇਸ ਟੂ ਫੇਸ ਇੱਕ ਵਾਰੀ ਵੀ ਨਹੀਂ ਮਿਲੇ, ਈਵਨ ਕਿ ਮੇਰੇ ਤਾਂ ਵੀਡੀਓ ਕਾਲ ਵੀ ਨਹੀਂ ਹੋਈ। ਵੀ ਆਪਣਾ ਸਾਰਾ ਪ੍ਰੋਸੈਸ ਔਨਲਾਈਨ ਸਟਾਰਟ ਹੋਇਆ, ਇੰਟਰਵਿਊ ਵੀ ਸਟਾਰਟ ਹੋਈ ਔਨਲਾਈਨ, ਆਪਾਂ ਮਿਲਣ ਤਾਂ ਤੁਸੀਂ ਸਾਰੇ ਆਪਾਂ ਫੇਸ ਟੂ ਫੇਸ ਅੱਜ ਮਿਲੇ ਹਾਂ। ਅਤੇ ਚੰਡੀਗੜ੍ਹ ਫਿਰ ਵੀ ਆਪਾਂ ਜਲੰਧਰ ਆਪਾਂ ਨੇੜੇ ਹੈ, ਹੈ ਨਾ, ਵੀ ਆਪਣਾ ਇੰਨੀ ਦੂਰ ਫਿਰ ਵੀ ਸਾਰਾ ਪ੍ਰੋਸੈਸ ਫਿਰ ਵੀ ਔਨਲਾਈਨ ਹੋਇਆ, ਅਤੇ ਤੁਸੀਂ ਉੱਥੋਂ ਕਿਉਂ ਨਹੀਂ ਸਟਾਰਟ ਕੀਤਾ, ਉਸਦਾ ਕੀ ਰੀਜ਼ਨ? ਕਿਉਂਕਿ ਮੇਨਲੀ ਜੇ ਹੈਗਾ ਲਾਤਵੀਆ ਵਗੈਰਾ ਦਾ, ਮੈਨੂੰ ਵਧੀਆ ਲੱਗਿਆ, ਜਿਵੇਂ ਤੁਹਾਡਾ ਮੈਥਡ ਵੀ ਵਧੀਆ ਸੀਗਾ, ਤਾਂ ਮੈਂ ਇੱਥੇ ਅਪਲਾਈ ਕਰਨ ਦੀ ਸੋਚੀ। ਠੀਕ ਹੈ, ਅਤੇ ਤੁਹਾਡੀ ਕੀ ਪ੍ਰੋਫਾਈਲ ਸੀ, ਤੁਸੀਂ ਮੈਨੂੰ ਪ੍ਰੋਫਾਈਲ ਦੱਸੋਗੇ? 12th ਪਾਸ ਸੀ, 54% ਐਂਡ 2 ਈਅਰਸ ਡਿਪਲੋਮਾ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣਾ ਚਾਹੁੰਦਾ, ਪਲੱਸ ਟੂ ਦੇ ਵਿੱਚ 60% ਤੋਂ ਨੰਬਰ ਘੱਟ ਸੀ, ਚਾਹੇ ਉਹ 52, ਚਾਹੇ ਉਹ 54% ਨੇ ਜਾਂ 56% ਨੇ, ਮਤਲਬ ਕਿ ਪਲੱਸ ਟੂ ਦੇ ਵਿੱਚੋਂ ਤੁਹਾਡੇ 60% ਤੋਂ ਨੰਬਰ ਘੱਟ ਸੀ। ਅਤੇ ਉਸ ਤੋਂ ਬਾਅਦ ਦੂਜਾ ਪੁਆਇੰਟ, ਆਈਲੈਟਸ ਪੀਟੀ ਤੁਸੀਂ ਕੀਤੀ ਸੀ, ਕਿੰਨੇ ਸਕੋਰ ਸੀਗੇ ਆਪਣੇ? 56, ਨੋਟ ਲੈਸ ਦੈਨ 53। ਅਤੇ ਯੂਨੀਵਰਸਿਟੀ ਦਾ ਨਾਮ ਸੀਗਾ ਅਰਸੇਬਾ। ਅਤੇ ਆਪਣੀ ਜਿਹੜੀ ਪਲੱਸ ਟੂ ਕੀਤੀ ਸੀਗੀ, ਉਹ ਕੀਤੀ ਸੀਗੀ ਆਰਟਸ ਫੀਲਡ ਦੇ ਵਿੱਚ ਅਤੇ ਪੰਜਾਬੀ ਮੀਡੀਅਮ ਦੇ ਵਿੱਚ। ਅਤੇ ਸਭ ਤੋਂ ਮੇਨ ਚੀਜ਼ ਜੋ ਤੁਸੀਂ ਅਪਲਾਈ ਕੀਤਾ ਸੀਗਾ, ਆਪਾਂ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਜਿਹੜੀ ਇੰਟਰਵਿਊ ਹੋਈ, ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੇ ਕੁਸ਼ਚਨ ਪੁੱਛੇ ਐਂਡ ਕਿਸ ਤਰ੍ਹਾਂ ਦੀ ਇੰਟਰਵਿਊ ਸੀ? ਕਿਉਂਕਿ ਇੰਟਰਵਿਊ ਤੋਂ ਬਹੁਤ ਡਰ ਲੱਗਦਾ। ਇੰਟਰਵਿਊ ਤੋਂ ਕੁਝ ਜ਼ਿਆਦਾ ਕੁਛ ਨਹੀਂ ਪੁੱਛਦੇ, ਜਿਵੇਂ ਰਿਲੇਟਡ ਟੂ ਮੀ ਐਂਡ ਮਾਈ ਫੈਮਿਲੀ ਬੈਕਗ੍ਰਾਊਂਡ ਪੁੱਛਦੇ ਨੇ, ਅਤੇ ਆਹ ਪੁੱਛਦੇ ਨੇ ਰੀਜ਼ਨ ਫੋਰ ਸਟੱਡੀ ਐਂਡ ਕਿਸ ਚੀਜ਼ 'ਚ ਸਟੱਡੀ ਕਰ ਰਹੇ ਹੋ। ਅਤੇ ਕਿੰਨਾ ਟਾਈਮ ਇੰਟਰਵਿਊ ਹੋਈ ਸੀ? ਵੱਧ ਤੋਂ 5 ਮਿੰਟ ਦੀ ਹੋਈ ਸੀ ਇੰਟਰਵਿਊ, ਜ਼ਿਆਦਾ ਨਹੀਂ ਹੋਈ। ਠੀਕ ਹੈ, ਅਤੇ ਯੂਨੀਵਰਸਿਟੀ ਦਾ ਤੁਹਾਡਾ ਨਾਮ ਹੈ ਰਸੇਬਾ, ਅਤੇ ਆਪਣਾ ਕੋਰਸ ਦਾ ਕੀ ਨਾਮ ਸੀ? ਪਬਲਿਕ ਰਿਲੇਸ਼ਨਸ ਐਡਵਰਟਾਈਜ਼ਿੰਗ ਮੈਨੇਜਮੈਂਟ। ਠੀਕ, ਅਤੇ ਟਿਊਸ਼ਨ ਵੀ ਤੁਸੀਂ ਕਿੰਨੀ ਪੇ ਕੀਤੀ ਸੀ? ਟਿਊਸ਼ਨ ਫੀ ਕਰੀ ਸੀ 4,337 ਯੂਰੋ, ਨੀਅਰ ਅਬਾਊਟ 4 ਲੱਖ ਰੁਪਈਆ, 4-4.5 ਲੱਖ ਰੁਪਈਆ, ਕਿਉਂਕਿ 500 ਯੂਰੋ ਉਸ ਤੋਂ ਇਲਾਵਾ ਸਿਕਿਉਰਿਟੀ ਡਿਪੋਜ਼ਿਟ ਪੇ ਕਰਨਾ ਹੁੰਦਾ। ਸੋ ਰਸੇਬਾ ਯੂਨੀਵਰਸਿਟੀ ਦੇ ਵਿੱਚ ਟਿਊਸ਼ਨ ਫੀਸ ਦੂਜੀ ਯੂਨੀਵਰਸਿਟੀਆਂ ਨਾਲੋਂ 1,000-1,200 ਯੂਰੋ ਜ਼ਿਆਦਾ ਆਉਂਦੀ ਹੈ। ਬਟ ਜਿੰਨਾ ਕੈਂਡੀਡੇਟ ਨੇ, ਮੈਂ ਕਹਿਣਾ ਕਿ ਜਿੰਨਾ ਕੈਂਡੀਡੇਟ ਨੇ ਆਪਣੇ 60% ਤੋਂ ਨੰਬਰ ਘੱਟ ਹੈ, ਉਹਨਾਂ ਨੂੰ ਰਸੇਬਾ ਦੇ ਵਿੱਚ ਅਪਲਾਈ ਕਰਨਾ ਚਾਹੀਦਾ। ਹੁਣ ਜਿਵੇਂ ਇਹਨਾਂ ਦਾ ਤਾਂ ਇੰਟੇਕ ਸੀਗਾ ਸਪਤੰਬਰ, ਕਿਉਂਕਿ ਸਪਤੰਬਰ ਇੰਟੇਕ ਮੇਜਰ ਹੁੰਦਾ। ਹੁਣ ਜਿਨ੍ਹਾਂ ਨੇ ਫੈਬ ਇੰਟੇਕ ਲਈ ਅਪਲਾਈ ਕਰਨਾ, ਫੈਬ ਇੰਟੇਕ ਲਈ ਸਿਰਫ ਤਾਂ ਸਿਰਫ ਮਾਸਟਰ ਓਪਨ ਹੈ, ਬੈਚਲਰ ਦੀ ਕੇਸ ਓਪਨ ਨਹੀਂ ਹੈਗੀ। ਦੂਜੀ ਗੱਲ, ਜੇ ਤੁਹਾਡੇ ਫਿਰ ਵੀ 60% ਤੋਂ ਨੰਬਰ ਘੱਟ ਹੈ, ਯੂਨੀਵਰਸਿਟੀ ਫਿਰ ਬਚਦੀ ਆਪਣੇ ਕੋਲ, ਤੁਹਾਨੂੰ ਕੋਈ ਹੋਰ ਯੂਨੀਵਰਸਿਟੀ ਦੱਸਿਆ ਸੀ ਕਿਸੇ ਹੋਰ ਯੂਨੀਵਰਸਿਟੀ 'ਚ ਹੋ ਜੂਗਾ? ਨਹੀਂ, ਸਿਰਫ ਰਸੇਬਾ ਯੂਨੀਵਰਸਿਟੀ ਦੱਸੀ ਹੋਈ। ਅਤੇ ਜੋ ਤੁਹਾਨੂੰ ਦੱਸਿਆ ਸੀ ਰਸੇਬਾ ਦੇ ਵਿੱਚ ਹੋ ਜੂਗਾ, ਤੁਹਾਨੂੰ ਇਹ ਨਹੀਂ ਲੱਗਿਆ ਕਿ ਟਿਊਸ਼ਨ ਫੀਸ ਜ਼ਿਆਦਾ? ਟਿਊਸ਼ਨ ਫੀ ਹੈਗੀ ਹੈ ਜ਼ਿਆਦਾ, ਪਰ ਇਹਦੇ ਕਿਆ ਕਹਿੰਦੇ ਜ਼ਿਆਦਾ, ਬਾਕੀ ਕਿਉਂਕਿ ਜਿਨ੍ਹਾਂ ਨੇ ਵੀ ਲਾਤ ਪੇਜ ਦੇਖੋ ਅਪਲਾਈ ਕਰਨਾ ਹੁੰਦਾ, ਹਰ ਕੈਂਡੀਡੇਟ ਕਹਿੰਦੇ ਵੀ ਇਹਦੀ ਟਿਊਸ਼ਨ ਫੀਸ ਜ਼ਿਆਦਾ, ਮੈਂ ਅਪਲਾਈ ਨਹੀਂ ਕਰਨਾ। ਬਹੁਤ ਬਹੁਤ ਕੈਂਡੀਡੇਟ, ਕੋਈ 90% ਕੈਂਡੀਡੇਟ ਹੁੰਦੇ ਆ, ਕਿਉਂਕਿ ਦੂਜੀ ਯੂਨੀਵਰਸਿਟੀ ਫੀਸ ਸਾਰੀ 2.5 ਲੱਖ 3 ਲੱਖ ਹੈ, ਇਹਦੀ ਟਿਊਸ਼ਨ ਫੀਸ ਜ਼ਿਆਦਾ ਹੈ। ਬਾਕੀ ਜ਼ਿਆਦਾ ਤਾਂ ਹੈਗੀ ਆ,
ਪਰ ਇਹਦੇ ਵਿੱਚ ਪੁਆਇੰਟਸ ਵੀ ਜੁੜਦੇ ਹੈਗੇ ਨੇ ਵਧੀਆ ਯੂਨੀਵਰਸਿਟੀ ਏਰੀਆ ਦੇ ਵਿੱਚ, ਬਿਲਕੁਲ ਜੀ, ਤਾਂ ਇੰਟਰਵਿਊ ਵਿੱਚ ਮੈਂ ਕਿ ਕੁਐਸਚਨ ਪੁੱਟ ਨਹੀਂ ਕਰਦਾ ਕਿ ਕਿਉਂ ਯੂਨੀਵਰਸਿਟੀ ਤੁਸੀਂ ਚੂਜ਼ ਕੀਤੀ ਹੈ, ਜੇ ਕੀਤੀ ਵੀ ਇੱਕ ਦੋ ਆਨਸਰ ਹੁੰਦੇ ਨੇ ਬਸ, ਫਿਰ ਜ਼ਿਆਦਾ ਕੁਐਸਚਨ ਨਹੀਂ ਪੁੱਟ ਹੁਣ ਕਰਦਾ। ਯੂਨੀਵਰਸਿਟੀ ਤੁਸੀਂ ਸਰਚ ਕੀਤਾ ਹੋਊਗਾ, ਇੱਕ ਇਜ਼ਮਾ ਵੀ ਹੈਗੀ, ਇਜ਼ਮਾ ਹਾਂ ਜੀ, ਤੁਸੀਂ ਕੀਤਾ ਸਰਚ ਉਹਦੇ ਬਾਰੇ? ਮੈਂ ਹਾਂ ਕੀਤਾ ਸੀ ਉਹਦੇ ਬਾਰੇ ਵੀ। ਅਤੇ ਤੁਸੀਂ ਸੋਚਿਆ ਨਹੀਂ ਕਿ ਮੈਂ ਇਜ਼ਮਾ 'ਚ ਵੀ ਅਪਲਾਈ ਕਰਨਾ? ਨਹੀਂ ਜ਼ਿਆਦਾ ਨਹੀਂ ਸੋਚਿਆ, ਮੈਂ ਕਿਹਾ ਰਸੀਬਾ ਕੁਝ ਜ਼ਿਆਦਾ ਅੱਛੀ ਸੀਗੀ ਕਿਉਂਕਿ ਆਫਕੋਰਸ ਅਰੀਕਾ ਦੇ ਵਿੱਚ ਵੀ ਹੈਗੀ ਹੈ ਅਤੇ ਇਹਦੇ ਬੈਕਗਰਾਊਂਡ ਵੀ ਅੱਛਾ ਹੈ, ਅਤੇ ਜਿਹੜੇ ਯੂਟਿਊਬ ਚੈਨਲਸ ਵਾਲੇ ਹੁੰਦੇ ਨੇ ਕਹਿੰਦੇ ਰਸੀਬਾ ਯੂਨੀਵਰਸਿਟੀ ਵਧੀਆ ਇਸ ਚੀਜ਼ ਤੋਂ ਸਟੱਡੀ। ਮੈਂ ਇਜ਼ਮਾ ਯੂਨੀਵਰਸਿਟੀ ਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ, ਮੈਂ ਸਪੈਸ਼ਲ ਵੀਡੀਓ ਬਣਾਊਂਗਾ, ਹਜੇ ਤੁਸੀਂ 2 ਕੁ ਮਹੀਨੇ ਰੁਕ ਜਾਓ, ਉਸ ਤੋਂ ਬਾਅਦ ਬਸ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਇਜ਼ਮਾ ਦੇ ਵਿੱਚ ਇਜ਼ਮਾ ਨਾਲੋਂ ਤੁਸੀਂ ਰਸੀਬਾ 'ਚ ਅਪਲਾਈ ਕਰੋ, ਪਹਿਲੀ ਗੱਲ। ਦੂਜੀ ਗੱਲ, ਫਰਵਰੀ ਇਨਟੇਕ ਦੇ ਵਿੱਚ ਇਹ ਨਹੀਂ ਕਿ ਤੁਸੀਂ ਵੀਡੀਓ ਦੇਖ ਕੇ ਕਾਲ ਕਰਤੀ ਸੀ ਕਦੋਂ ਮੇਰਾ ਵੀ ਅਪਲਾਈ ਕਰਨਾ, ਜੇ ਤੁਹਾਡੇ ਫਰਵਰੀ ਇਨਟੇਕ ਦੇ ਵਿੱਚ ਤੁਹਾਡੇ 60% ਤੋਂ ਨੰਬਰ ਘੱਟ ਹੈ, ਤੁਹਾਡਾ ਲਾਤਵੀਆ ਦੇ ਵਿੱਚ ਅਪਲਾਈ ਨਹੀਂ ਹੁੰਦਾ, ਕਿਉਂਕਿ ਯੂਨੀਵਰਸਿਟੀ ਸਿਰਫ ਬਚਦੀ ਹੈ ਇਜ਼ਮਾ। ਇਜ਼ਮਾ ਦੇ ਵਿੱਚ ਨਾ ਪ੍ਰੋਬਲਮ ਆਉਂਦੀ ਹੈ, ਮੈਂ ਤੁਹਾਨੂੰ ਸਹੀ ਦੱਸਾਂ, ਟਿਊਸ਼ਨ ਫੀਸ ਦੀ ਪ੍ਰੋਬਲਮ ਆਉਂਦੀ ਹੈ, ਜੇ ਇਨ ਕੇਸ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਜਾਂ ਕੁਛ ਵੀ ਹੋ ਜਾਂਦਾ ਨਾ, ਉਹ ਇੱਕ ਕਹਿਣ ਦਾ ਮਤਲਬ ਇੱਕ ਪ੍ਰੋਬਲਮ ਕ੍ਰੀਏਟ ਦਾ ਮਤਲਬ ਇਹ ਹੈ ਕਿ ਕੰਡੀਸ਼ਨਾਂ ਰੱਖ ਦਿੰਦੇ ਆ ਕਿ ਜਾਂ ਬੱਚਾ ਇੱਥੇ ਪੜ੍ਹੇ ਜਾਂ ਤੁਸੀਂ ਆਏ, ਮਤਲਬ ਕੰਡੀਸ਼ਨਾਂ ਹੁੰਦੀਆਂ। ਰਸੇਬਾ ਦੇ ਵਿੱਚ ਇਨ ਕੇਸ ਜੇ ਤੁਹਾਡਾ ਵੀਜ਼ਾ ਮੰਨ ਲਓ ਰਿਜੈਕਟ ਹੋ ਜਾਂਦਾ, ਕਿਉਂਕਿ ਵੀਜ਼ਾ ਵੈਸਟ ਦੇਣਾ ਆਪਾਂ ਨਹੀਂ ਦੇਣਾ, 100% ਸਾਰੀ ਦੀ ਸਾਰੀ ਫੀਸ ਤੁਹਾਡੀ ਰਿਫੰਡੇਬਲ ਸੀ। ਸਭ ਤੋਂ ਮੇਜਰ ਪੁਆਇੰਟ, ਜੇ ਤੁਸੀਂ ਅੱਜ ਰਸੇਬਾ ਵਿੱਚ ਅਪਲਾਈ ਕਰੋਗੇ ਅਤੇ ਸਾਡਾ ਰਸੇਬਾ ਯੂਨੀਵਰਸਿਟੀ ਦੇ ਨਾਲ ਪ੍ਰੋਪਰ ਐਗਰੀਮੈਂਟ ਹੈ, ਪ੍ਰੋਪਰ ਟਾਈਅਪ ਹੈ, ਤੁਸੀਂ ਚਾਹੀਏ ਉਹਨਾਂ ਨੂੰ ਪੁੱਛ ਲਿਓ ਵੀ ਤੁਸੀਂ ਐਰ ਰਿਮੀਗੇਸ਼ਨ ਦੇ ਥਰੂ ਆਏ ਹੋ, ਤੁਹਾਨੂੰ ਮਤਲਬ ਅਲੱਗ ਤੋਂ ਤੁਹਾਨੂੰ ਉਹ ਕਰਨਗੇ, ਕਿਉਂਕਿ ਪਿਛਲੀ ਵਾਰ ਨਾ ਜਿਵੇਂ ਸਾਡੇ ਕੋਲ ਨਾ ਇੱਕ ਕੈਂਡੀਡੇਟ ਸੀ, ਉਹਨਾਂ ਦਾ 7 ਸਤੰਬਰ ਇਨਟੇਕ ਸੀਗਾ ਅਤੇ ਕੁਛ ਕਰਕੇ ਨਾ ਉਹਦਾ ਮਤਲਬ ਕਿ 7 ਸਤੰਬਰ ਇਨਟੇਕ ਦੇ ਵਿੱਚ ਅਪਲਾਈ ਨਹੀਂ ਹੋਇਆ, ਜਿਵੇਂ ਬੈਚਲਰ ਵਾਲਾ ਕੈਂਡੀਡੇਟ ਸੀ, ਹੁਣ ਉਹਨਾਂ ਦਾ ਕੇਸ ਡੈਫਰ ਕੀਤਾ ਫਰਵਰੀ ਇਨਟੇਕ ਲਈ। ਤੁਹਾਨੂੰ ਪਤਾ ਕਿ ਫਰਵਰੀ ਦੇ ਵਿੱਚ ਕਲੋਜ਼ ਹੁੰਦਾ, ਬੈਚਲਰ ਆਉਂਦੀ ਨਹੀਂ, ਕਹਿਣ ਦਾ ਮਤਲਬ ਉਹ ਸਿਚੁਏਸ਼ਨ ਵਿੱਚ ਜਾਂ ਕੁਛ ਵੀ ਅਸੀਂ ਜਿਵੇਂ ਵੀ ਦੇਖੋ ਹੈਲਪ ਸਾਡੀ, ਅਸੀਂ ਉਹ ਚੀਜ਼ਾਂ ਦੀ ਕਰਵਾ ਸਕਦੇ ਹਾਂ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਲਾਤਵੀਆ 'ਚ ਅਪਲਾਈ ਕਰਨਾ, ਜੇ ਤੁਹਾਡੇ, ਕਿਉਂਕਿ ਐਵੇਂ ਮੈਂ ਤੁਹਾਨੂੰ ਕਹਿੰਦਾ ਜੇ 90% ਤੁਸੀਂ ਕੰਟੈਕਟ ਕਰੋ, ਮੈਂ ਕਹਿਣਾ ਹੋਣਾ ਹੀ ਨਹੀਂ, ਜਿਹੜੀ ਚੀਜ਼ ਹੋਣੀ ਨਹੀਂ ਨਾ ਉਹ ਹੋਣੀ ਨਹੀਂ, ਜੇ ਤੁਹਾਡੇ 60% ਤੋਂ ਨੰਬਰ ਘੱਟ ਹੈ ਐਸ ਟਾਈਮ, ਦੈਨ ਤੁਹਾਡਾ ਲਾਤਵੀਆ ਦੇ ਵਿੱਚ ਐਸ ਟਾਈਮ ਫਰਵਰੀ ਅਨਟੇਕ ਦੇ ਲਈ ਨਹੀਂ ਹੋਊਗਾ, ਉਹ ਸਿਰਫ ਤਾਂ ਸਿਰਫ 7 ਸਤੰਬਰ ਅਨਟੇਕ ਦੇ ਲਈ ਹੋਊਗਾ। ਦੂਜੀ ਗੱਲ, ਜਿਨ੍ਹਾਂ ਦੇ ਪਰਸੈਂਟ ਘੱਟ ਹੁੰਦੇ ਆ ਉਹਨਾਂ ਵਾਸਤੇ ਬਚਦੀ ਆ ਕੰਟਰੀ ਰੋਮਾਨੀਆ, ਰੋਮਾਨੀਆ ਅਸੈਪਟ ਕਰ ਲੈਂਦੇ ਆ, ਪਰ ਰੋਮਾਨੀਆ ਦੇ ਵਿੱਚ ਵੀ ਸਿਰਫ ਤਾਂ ਸਿਰਫ 7 ਸਤੰਬਰ ਅਨਟੇਕ ਹੈ। ਚਲੋ ਇਹ ਆਪਾਂ ਗੱਲ ਕਰਾਂਗੇ, ਤੁਸੀਂ ਸਾਡੇ ਬਾਰੇ ਕੀ ਕਹਿਣਾ ਚਾਹੁੰਦੇ, ਕਿਵੇਂ ਲੱਗੀ ਸਾਡੀ ਸਰਵਿਸ? ਕਾਫੀ ਵਧੀਆ ਸਰਵਿਸ ਸੀਗੀ, ਅਤੇ ਜਿਵੇਂ ਕੁਐਸਚਨ ਪੁੱਟ ਕਰਦੇ ਨਾਲ ਦੀ ਨਾਲ ਇਹ ਸਪੋਰਟ ਕਰਦੇ ਨੇ ਕਿਸੇ ਨੂੰ ਅੱਗੇ ਕਿਆ ਕਰਨਾ ਚਾਹੀਦਾ, ਪ੍ਰੋਸੈਸ ਵੀ ਚੰਗੀ ਤਰ੍ਹਾਂ ਫੋਲੋ ਕਰਵਾਉਂਦੇ ਨੇ, ਅਤੇ ਕੋਈ ਦਿੱਕਤ ਵੀ ਨਹੀਂ ਆਈ ਹੈਗੀ, ਬੜੇ ਟਾਈਮ ਸਿਰ ਵੀ ਵੀਜ਼ਾ ਆ ਗਿਆ ਸੀਗਾ। ਅਤੇ ਵੈਸੇ ਤਾਂ ਤੁਹਾਡੀ ਇੰਟਰਵਿਊ ਦੀ ਤਿਆਰੀ ਵੈਸੇ ਆਪਦੀ ਆਪ ਤੁਹਾਡੀ ਬਹੁਤ ਵਧੀਆ ਇੰਟਰਵਿਊ ਸੀ, ਕਿਉਂਕਿ ਮੈਨੂੰ ਪਤਾ ਮੈਡਮ ਨੂੰ ਪੁੱਛਿਆ ਸੀਗਾ, ਕਹਿੰਦੇ ਵੀ ਤੁਹਾਡੀ ਇੰਟਰਵਿਊ ਵੈਸੇ ਸੋਹਣੀ ਸੀ, ਦੂਜੀ ਕੈਂਡੀਡੇਟ ਸੀ, ਫਿਰ ਵੀ ਤੁਹਾਨੂੰ ਤਿਆਰੀ ਇੰਟਰਵਿਊ ਦਿੱਤੀ, ਤਿਆਰੀ ਕਰਵਾਈ ਸੀ ਮਾੜੀ ਮੋਟੀ, ਜਿਵੇਂ ਕਹਿ ਦਿੰਦੇ ਹਾਂ ਕਿ ਕੁਸਚਨ ਮਾੜੇ ਮੋਟੇ ਦੱਸੇ ਸੀ ਕਿ ਨਹੀਂ? ਹਾਂ, ਸਾਰੇ ਕੁਸਚਨ ਇਹਨਾਂ ਨੇ ਦੱਸੇ ਸੀਗੇ, ਅਤੇ ਐਕਸਟਰਾ ਵੀ ਦੱਸੇ ਸੀ, ਬਾਈ ਚਾਂਸ ਇਹ ਵੀ ਕੁਸਚਨ ਤੁਸੀਂ ਪੁੱਛ ਸਕਦੇ ਹੋ, ਫਿਰ ਅਤੇ ਇਹਨਾਂ ਨੇ ਆਹ ਵੀ ਦੱਸਿਆ ਕਿ ਕਿੰਨੇ ਲੈਂਸ ਦਾ ਕੁਸਚਨ ਹੋਣਾ ਚਾਹੀਦਾ ਹੈ ਅਤੇ ਕਿੰਨੇ ਕੁਸਚਨ ਪੁੱਛ ਸਕਦੇ ਨੇ ਤੁਹਾਡੇ ਤੋਂ, ਤਾਂ ਵਧੀਆ ਪ੍ਰੀਪਰੇਸ਼ਨ ਕਰਾਈ ਹੈ ਅਤੇ ਸਿੰਪਲ ਵਰਡ 'ਚ ਕਹਾਂ ਮੈਂ। ਅਤੇ ਜਿੱਦਣ ਤੁਹਾਡੀ ਅੰਬੈਸੀ 'ਚ ਇੰਟਰਵਿਊ ਹੋਈ ਸੀ, ਉਸ ਦਿਨ ਆਪਣੀ ਪਹਿਲਾਂ ਫਾਈਲ ਜਮ੍ਹਾਂ ਹੁੰਦੀ PFS ਦੇ ਵਿੱਚ,
ਫਿਰ ਤੁਹਾਨੂੰ ਪਤਾ 3 ਜਾਂ 4 ਦਿਨਾਂ ਬਾਅਦ ਇੰਟਰਵਿਊ ਵਾਸਤੇ ਬੁਲਾਉਂਦੇ ਆ। ਉਸ ਤੋਂ ਬਾਅਦ ਇੰਟਰਵਿਊ ਆਪਣੀ ਕੈਮ ਜਿਵੇਂ ਫੇਸ ਟੂ ਫੇਸ ਨਹੀਂ ਹੁੰਦੀ, ਉਹ ਇੱਕ ਸਕਾਈਪ ਕੈਮਰਾ ਹੁੰਦਾ, ਅਤੇ ਉਹ ਇੰਟਰਵਿਊ ਦੇ ਵਿੱਚ ਮਤਲਬ ਕਿ ਉਹ ਜੈਂਟਸ ਜਾਂ ਲੇਡੀਜ਼ ਸੀ, ਐਂਡ ਕਿਵੇਂ ਇੰਟਰਵਿਊ ਸੀ, ਕੀ ਕੁਸ਼ਚਨ ਪੁੱਟ ਕੀਤਾ ਸੀ? ਕਿਉਂਕਿ ਦੇਖੋ ਕਈ ਕੈਂਡੀਡੇਟ ਕਹਿ ਦਿੰਦੇ ਆ ਕਿ ਵੀ ਜੇ ਆਹ ਪਰਸਨ ਹੁੰਦਾ ਤਾਂ ਇੰਟਰਵਿਊ ਕਲੀਅਰ ਹੋ ਜਾਂਦੀ ਹੈ, ਜੈਂਟਸ ਹੁੰਦਾ ਇੰਟਰਵਿਊ ਕਲੀਅਰ ਹੋ ਜਾਂਦੀ ਹੈ, ਜੇ ਮਤਲਬ ਕਿ ਲੇਡੀਜ਼ ਹੁੰਦੇ ਫਿਰ ਇੰਟਰਵਿਊ ਕਲੀਅਰ ਨਹੀਂ ਹੁੰਦੀ। ਇਹ ਬਹੁਤ ਹੀ ਕੈਂਡੀਡੇਟ ਦਾ ਮਨ ਦਾ ਵਹਿਮ ਹੈ, ਇੰਟਰਵਿਊ 'ਚ ਸੁਣਨ ਨਹੀਂ ਕੁਛ ਆਉਂਦਾ, ਬੋਲਣਾ ਸੁਣਨ ਨਹੀਂ ਕੁਛ ਆਉਂਦਾ, ਮੈਨੂੰ ਦੱਸੋ ਵੀ ਉੱਥੇ ਬੰਦਾ ਕੀ ਕਰੂਗਾ? ਉਹ ਪਰਸਨ ਇੱਕ ਲਾਤਵੀਅਨ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਇੰਡੀਅਨ ਪਰਸਨ ਲਾਤਵੀਆ ਜਾਊਗਾ, ਉਹ ਆਪਣੀ ਕੰਟਰੀ ਦੇ ਵਿੱਚ ਤਾਂ ਹੀ ਤੁਹਾਨੂੰ ਅਸੈਪਟ ਕਰਨਗੇ ਜੇ ਉਹਨਾਂ ਨੂੰ ਲੱਗੂਗਾ ਇਸ ਦੇ ਨਾਲ ਕੋਈ ਵੀ ਤਾਲੁਕਾਤ ਨਹੀਂ। ਤੁਸੀਂ ਮੈਨੂੰ ਦੱਸੋ ਵੀ ਕੋਈ ਹੈ ਤਾਲੁਕਾਤ? ਜੇ ਤੁਹਾਡੇ 'ਚ ਕੌਨਫੀਡੈਂਸ ਹੈ, ਤੁਹਾਨੂੰ ਸਾਰਾ ਕੁਛ ਆਉਂਦਾ, ਕੀ ਮੈਟਰ ਕਰਦਾ ਵੀ ਉੱਥੇ ਕੋਈ ਕੌਣ ਹੈ ਕੌਣ ਨਹੀਂ? ਨਹੀਂ ਜੇ ਕੋਈ ਮੈਟਰ ਨਹੀਂ ਕਰਦਾ ਹੈਗਾ, ਪ੍ਰੀਪਰੇਸ਼ਨ ਵਧੀਆ ਹੈਗੀ, ਫਿਰ ਕੋਈ ਕੁਛ ਨਹੀਂ ਕੁਸ਼ਚਨ ਪੁੱਛਦੇ ਹੈਗੇ ਫਾਲਤੂ ਦਾ ਵੀ। ਅਤੇ ਜਿਵੇਂ ਬਸ ਇਹ ਪੁੱਛ ਲੈਂਦੇ ਕਿ ਆਪਣੇ ਬਾਰੇ ਦੱਸੋ ਤੁਸੀਂ, ਕਿਉਂ ਅਪਲਾਈ ਕਰਨਾ ਚਾਹੁੰਦੇ ਹੋ, ਠੀਕ ਹੈ, ਅਤੇ ਆਪਣੇ ਫੰਡਸ ਬਾਰੇ ਦੱਸਦੇ ਆ, ਬਸ ਦੈਟਸ ਇਟ। ਕਿਉਂਕਿ ਇਹ ਵਹਿਮ ਬਹੁਤ ਲੋਕਾਂ ਨੂੰ, ਜਿਵੇਂ ਨਾ ਮੈਂ ਸੁਣ ਤੁਸੀਂ ਸੁਣਿਆ ਹੋਊਗਾ, ਜਿਵੇਂ ਆਪਾਂ ਆਈਲੈਟਸ ਕਰਦੇ ਹਾਂ, ਕਹਿੰਦੇ ਜੇ ਤੁਸੀਂ ਪਟਿਆਲੇ ਪੇਪਰ ਦੇ ਦੋਗੇ ਉੱਥੇ ਕਹਿੰਦੇ ਬੈਂਡ ਜ਼ਿਆਦਾ ਆ ਜਾਂਦੇ ਆ, ਜੇ ਤੁਸੀਂ ਜਲੰਧਰ ਪੇਪਰ ਭਰ ਦੋਗੇ ਤੁਹਾਡੇ ਕਹਿੰਦੇ ਉੱਥੇ ਸਪੀਕਿੰਗ ਸੋਹਣੀ ਆ ਜਾਂਦੀ ਹੈ, ਵੀ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਕਿਉਂ ਫਸਦੇ ਹੋ? ਹੁਣ ਤੁਸੀਂ ਰੱਟਾ ਮਾਰ ਕੇ ਜਾ ਵੜਦੇ ਹੋ, ਤੁਹਾਨੂੰ ਉੱਥੇ ਮੌਕੇ 'ਤੇ ਕੁਛ ਆਉਂਦਾ ਨਾ ਹੋਵੇ, ਤੁਸੀਂ ਮੈਨੂੰ ਦੱਸੋ ਹੁਣ ਇੱਕ ਕੈਂਡੀਡੇਟ ਨੂੰ ਕੁਸ਼ਚਨ ਪੁੱਟ ਕੀਤਾ ਕਿ ਇਜ਼ਮਾ ਯੂਨੀਵਰਸਿਟੀ ਦੀ ਫੁੱਲ ਫੋਰਮ ਕੀ ਹੈ, ਉਹਦਾ ਡੈਫੀਨੇਸ਼ਨ ਦੱਸੋ, ਉਹ ਕੁਦਰਤੀ ਉਹਨੇ ਪੜ੍ਹਿਆ ਸੀਗਾ ਹੈ ਨਾ, ਅਤੇ ਮੈਨੂੰ ਵੀ ਨਹੀਂ ਪਤਾ ਕੀ ਹੈ, ਮੈਨੂੰ ਤਾਂ ਇਨਫੋਰਮੇਸ਼ਨ ਮੈਨੂੰ ਵੀ ਨਹੀਂ ਪਤਾ, ਮੈਂ ਤੁਹਾਨੂੰ ਕਿਉਂਕਿ ਸਾਡਾ ਕੰਮ ਫਾਈਲਿੰਗ ਦਾ, ਹੁਣ ਮੈਂ ਵੀ ਰੱਟਾ ਮਾਰੀ ਜਾਵਾਂ ਇਹਦਾ, ਮੈਨੂੰ ਨਹੀਂ ਉਸ ਚੀਜ਼ ਬਾਰੇ ਪਤਾ। ਮੈਂ ਇੱਕ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਇਹ ਚੈੱਕ ਕਰਨਾ ਕਿ ਤੁਸੀਂ ਉਸ ਯੂਨੀਵਰਸਿਟੀ ਜਾਣਾ, ਤੁਹਾਨੂੰ ਉਸ ਯੂਨੀਵਰਸਿਟੀ ਦਾ ਨਾਂ ਹੀ ਨਹੀਂ ਪਤਾ, ਤੁਹਾਨੂੰ ਇਹ ਨਹੀਂ ਪਤਾ ਕਿ ਉਹ ਯੂਨੀਵਰਸਿਟੀ ਫਾਊਂਡ ਕਦੋਂ ਹੋਈ ਹੈ, ਤੁਹਾਨੂੰ ਤੁਸੀਂ ਤੁਸੀਂ ਕੋਰਸ ਲਿਆ, ਮੰਨ ਲਓ ਫੋਰ ਇਗਜ਼ਾਮਪਲ ਕੁਸ਼ਚਨ ਕੀ ਪੁੱਟ ਹੁੰਦੇ ਆ, ਤੁਸੀਂ ਕੋਰਸ ਲਿਆ ਪਬਲਿਕ ਰਿਲੇਸ਼ਨ ਐਡਵਰਟਾਈਜ਼ਿੰਗ, ਹੁਣ ਤੁਹਾਨੂੰ ਪੁੱਛ ਲਿਆ ਕਿ ਸੇਬਾ ਯੂਨੀਵਰਸਿਟੀ ਦੇ ਵਿੱਚ ਬੈਚਲਰ ਦੇ ਹੋਰ ਕਿਹੜੇ ਕਿਹੜੇ ਕੋਰਸ ਸੀ, ਇੱਕ ਕੋਮਨ ਨੋਰਮਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਹੋਰ ਕਿਹੜੇ ਕਿਹੜੇ ਕੋਰਸ ਸੀ, ਕੀ ਤੁਹਾਨੂੰ ਪਤਾ ਹੈ ਆਈਡੀਆ? ਪਤਾ, ਇੱਕ ਤਾਂ ਆਡੀਓ ਵਿਜ਼ੂਅਲ ਮੀਡੀਆ ਆਰਟ ਸੀਗਾ, ਅਤੇ ਇੱਕ ਪਬਲਿਕ ਰਿਲੇਸ਼ਨ ਐਡਵਰਟਾਈਜ਼ਿੰਗ ਮੈਨੇਜਮੈਂਟ, ਦੋ ਤਿੰਨ ਹੋਰ ਵੀ ਸੀ, ਆਹ ਚੀਜ਼ ਹੁੰਦੀ ਹੈ। ਹੁਣ ਕਈ ਕੈਂਡੀਡੇਟ ਕੀ ਕਰਦੇ ਆ, ਜੇ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪਬਲਿਕ ਰਿਲੇਸ਼ਨ ਹੈ, ਉਹ ਉਸੇ ਚੀਜ਼ 'ਤੇ ਰੱਟਾ ਲਾ ਕੇ ਜਾ ਵੜਦੇ ਆ ਕਿ ਮੇਰਾ ਤਾਂ ਆਹ ਕੋਰਸ ਹੈ, ਮੇਰੇ ਕੋਰਸ ਦੀ ਆਹ ਫੀਸ ਹੈ, ਵੀ ਇਹਨਾਂ ਚੀਜ਼ਾਂ ਕਰਕੇ ਇੰਟਰਵਿਊ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਈਲੈਟਸ ਸਕੋਰ ਲੈ ਲਏ, ਤੁਹਾਡੀ ਇੰਗਲਿਸ਼ ਚੰਗੀ ਹੈ, ਦੈਨ ਤੁਸੀਂ ਮਤਲਬ ਕਲੀਅਰ ਕਰ ਲਓਗੇ। ਉਸਦਾ ਮਤਲਬ ਹੈ ਕਿ ਤੁਸੀਂ ਇੱਕ ਜੈਨੂਅਨ ਪਰਸਨ, ਵੀ ਤੁਹਾਨੂੰ ਕਿੰਨੀ ਕੁ ਨੌਲੇਜ ਹੈ, ਤੁਸੀਂ ਉਸ ਚੀਜ਼ ਦੇ ਯੂਨੀਵਰਸਿਟੀ ਦੇ ਨਾਲ ਟੱਚ 'ਚ ਰਹਿੰਦੇ ਹੋ ਕਿ ਨਹੀਂ, ਕਿਉਂਕਿ ਉਹ ਟੱਚ ਦਾ ਮਤਲਬ ਕੀ ਹੈ, ਉਹਦੇ ਨਾਲ ਪਤਾ ਇਹ ਲੱਗ ਜਾਂਦਾ। ਹੁਣ ਦੇਖੋ ਇੱਕ ਸਟੂਡੈਂਟ ਹੈ, ਉਹ ਸਟੂਡੈਂਟ ਜੈਨੂਅਨ ਗੱਲ ਹੈ, ਇਹ ਵੀ ਸਰਚ ਕਰੂਗਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਇੰਡੀਆ ਤੋਂ ਕਿੰਨੇ ਕੁ ਸਟੂਡੈਂਟ ਆਉਂਦੇ ਆ ਇਸ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਦੇਖੋ ਆਪਾਂ ਸਟੱਡੀ ਕਰਨੀ ਆ, ਆਪਾਂ ਮੈਂ ਕਹਿੰਦਾ ਇੰਡੀਆ 'ਚ ਸਟੱਡੀ ਕਰਨੀ, ਇੰਡੀਆ ਵਿੱਚ ਵੀ ਚੈੱਕ ਕਰਾਂਗੇ ਵੀ ਇਹ ਯੂਨੀਵਰਸਿਟੀ ਨੂੰ ਬਣੀ ਨੂੰ ਕਿੰਨਾ ਕੁ ਟਾਈਮ ਹੋ ਗਿਆ, ਅਤੇ ਆਪਾਂ ਇਹ ਵੀ ਚੈੱਕ ਕਰਾਂਗੇ ਵੀ ਇਸ ਯੂਨੀਵਰਸਿਟੀ ਦੇ ਵਿੱਚ ਹੋਰ ਕਿਹੜਾ ਕਿਹੜਾ ਕੋਰਸ ਸੀਗਾ, ਉਹ ਜਿਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਹ ਬੰਦੇ ਨੇ ਵਾਕਈ ਸਰਚ ਕਰਕੇ ਅਪਲਾਈ ਕੀਤਾ, ਇਹ ਬੰਦਾ ਇੱਕ ਜੈਨੂਅਨ ਸਟੂਡੈਂਟ ਹੈ। ਜਿਹੜੇ ਬੱਚੇ ਨੇ ਇਸ ਚੀਜ਼ ਬਾਰੇ ਨਹੀਂ ਪਤਾ, ਉਹਦੇ 'ਤੇ ਡਾਊਟ ਲੱਗਦਾ ਕਿ ਇਹ ਬੱਚੇ ਚਾਹੇ ਉਹਦੇ ਬੈਂਡ ਹੋਣ,
ਜੇ ਤੁਹਾਡਾ ਜਿੰਨਾ ਮਰਜ਼ੀ ਫੰਡ ਹੋਵੇ, ਮੈਂ ਕਹਿੰਦਾ ਜਿੰਨੀ ਮਰਜ਼ੀ ਇੰਗਲਿਸ਼ ਤਕੜੀ ਤਕੜੀ ਹੋਵੇ, ਉਹਨਾਂ ਨੇ ਫਿਰ ਤੁਹਾਡਾ ਵੀਜ਼ਾ ਨਹੀਂ ਦੇਣਾ। ਉਹਨਾਂ ਨੂੰ ਲੱਗਦਾ ਕਿ ਇਹਨੇ ਉੱਥੇ ਜਾ ਕੇ ਮੈਨੂੰ ਲੱਗਦਾ ਪੁਰਤਗਾਲ 'ਚ ਪੇਪਰ ਅਪਲਾਈ ਕਰ ਦੇਣੇ। ਸੋ ਇਹ ਹੈ। ਅਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਛ ਨਹੀਂ ਵੀ ਤੁਹਾਡੀ ਆਈ ਸੀ ਮੈਨੂੰ ਲੱਗਦਾ 4400 ਯੂਰੋ, ਹੈ ਨਾ? ਅਤੇ ਤੁਸੀਂ ਫੰਡ ਕਿੰਨਾ ਸ਼ੋਅ ਕੀਤਾ ਸੀਗਾ? ਫੰਡ ਅਬਵ 9 ਲੱਖ ਸ਼ੋਅ ਕੀਤੇ ਸੀਗੇ। ਠੀਕ ਹੈ। ਤੁਹਾਡੇ ਅਕਾਊਂਟ ਵਿੱਚ ਸੀਗੇ? ਮੇਰੇ ਅਕਾਊਂਟ 'ਚ ਸੀਗੇ 7 ਲੱਖ ਸੀ। 7 ਲੱਖ। ਅਤੇ ਤੁਹਾਡੇ ਫਾਦਰ ਦੇ ਅਕਾਊਂਟ ਵਿੱਚ ਕਿੰਨਾ ਅਕਾਊਂਟ ਸੀ? ਅਬਵ 9 ਲੱਖ। 9 ਲੱਖ ਨੀਅਰ ਅਬਾਊਟ, ਮਤਲਬ ਕਿ 14-15 ਲੱਖ ਰੁਪਇਆ? ਨਹੀਂ, ਥੋੜ੍ਹਾ ਥੋੜ੍ਹੇ ਘੱਟ, ਮਤਲਬ 12 ਲੱਖ ਹੋਊਗਾ ਆਈਡੀਆ। 12 ਲੱਖ, ਚਲੋ ਵੈਸੇ ਸਫੀਸ਼ੈਂਟ, 65 ਲੱਖ ਬਹੁਤ ਹੁੰਦਾ। ਅਤੇ ਉਸ ਤੋਂ ਬਾਅਦ ਮੇਨ ਚੀਜ਼ ਹੋਰ ਆਪਾਂ ਕੀ ਕਹਿਣਾ ਚਾਹੁੰਦੇ ਹਾਂਗੇ? ਹੋਰ ਕੀ ਕਹਿਣਾ ਚਾਹੁੰਦੇ ਆਪਾਂ ਆਈਡੀਆ? ਹੋਰ ਮੈਂ ਕਹੂੰਗਾ ਕੋਨਫੀਡੈਂਸ ਰਵੇ ਬੰਦਾ, ਅਤੇ ਜਿਵੇਂ ਤੁਹਾਨੂੰ ਜਿਵੇਂ ਫੋਲੋ ਕਰਦੇ ਨੇ ਇੰਟਰਵਿਊ, ਜਿਵੇਂ ਤੁਹਾਨੂੰ ਤਿਆਰੀ ਕਰਵਾਉਂਦੇ ਨੇ, ਉਹਨੂੰ ਧਿਆਨ ਨਾਲ ਸੁਣੋ। ਅਤੇ ਬਾਕੀ ਜਿਹੜੇ ਪ੍ਰੋਸੈਸ ਫਿਗਰ ਹੈ ਉਹ ਚੰਗੀ ਤਰ੍ਹਾਂ ਫੋਲੋ ਕਰੋ, ਤੁਹਾਡਾ ਆਰਾਮ ਨਾਲ ਵੀਜ਼ਾ ਆ ਜਾਊਗਾ, ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ। ਅਤੇ 54 ਦੇ ਨਾਲ ਮੈਂ ਦੱਸਿਆ ਤੁਹਾਡੇ ਸਾਹਮਣੇ, ਅਤੇ 2020 ਦੇ ਵਿੱਚ ਪਲੱਸ ਟੂ ਕਰੀ ਹੈ। ਅਤੇ ਇਸ ਤੋਂ ਬਾਅਦ ਤੁਸੀਂ ਕੋਈ ਐਕਸਪੀਰੀਅੰਸ ਲੈਟਰ ਜਾਂ ਕੁਛ ਕੋਈ ਡਿਪਲੋਮਾ ਲਾਇਆ ਕੁਛ? ਬਠਿੰਡੇ ਅਪਲਾਈ ਕੀਤਾ, ਤੇ ਤੁਸੀਂ ਉੱਥੋਂ ਕਿਉਂ ਨਹੀਂ ਅਪਲਾਈ ਕੀਤਾ? ਮਤਲਬ ਕਿ ਉੱਥੋਂ ਦੱਸਾਂ ਕਿ ਤੁਹਾਡੀ ਵੀ ਥੋੜੀ ਐਡਵਰਟਾਈਜ਼ਮੈਂਟ ਮੈਂ ਦੇਖੀ ਸੀਗੀ।